जी उस्ताद फजाल साहब होरां दी हट्टी है जी, उत्ते मोहरां लाण लगे हैं जी। उत्ते पौड़ियां चढ़ के आए हैं दुकान तो बाद जी। आओ जी बिस्मिल्लाह जी। जाली लगी है जी, सामने कबूतर भाई फजाल ने अपने रखे ने। पहलियां मोहर ने जी, ठीक हो गया जी। जी आज दिन ताज़ा मोहर है जी, देखो जी कबूतर छड़ दिता बिच पर जाली दे टुर गया। परत मोहर लगी हैं जी, ठीक हो दूसरी मोहर लग चली है, लग चुकी है जी। सारियां परत मोहर लगी हैं जी, चिट्टी जगह तुसीं लाओ लागे जी मोहर जी, ठीक हो गया। हजार रुपये छी जाने पे कबूतर पहलियां मोहर ने जी। ठीक हो गया जी, चौथा कबूतर चार कबूतरों ने मोहर लग चुकी है जी। ए पंजवा कबूतर आया जी, भाई हजार कबूतर लैके आ रहा पंजवा जी। ए मोहर लगी हैं जी पहलियां जी, ठीक हो गया। चिट्टी जगह तुसी लाओ लग गई जी मोहर जी, ठीक हो गया। इत्थों कबूतर फड़दे ने जी, लियांदे ने इतने मोहर लवाते ने छी जाते ने। पहला मोहर लगी ने जी, ठीक हो छिया कबूतर मोहर लग चुकी ने जी। सईद मुनीर सैन शाह साहब, सैयद सगीर सैन शाह साहब, सैयद खुरम शाह साहब जमालपुर सैदा तो जी मुनसब आए ने जी, ठीक हो गए। सतवें कबूतर में मोहर लग चुकी है जी, ठीक हो गए। मोहर लगी हैं जी पहला जी, ठीक हो गया जी मोहर लग गई, ठीक हो गया। अठवीं लगी अठवा कबूतर दिल में आया हूं दिल आखिर से मैं लुआव मोर नवे कबूतर मोर लग चुकी है। पहलियां मोहर ने जी, ठीक हो चिट्टी जगह जी। दसवें कबूतर में मोहर लग चुकी है जी। सैयद सगीर सैन शाह साहब, सैयद मुनीर सैन शाह साहब, सैयद खुरम शाह साहब और जमालपुर सैदा जी उन्होंने छातू आए मुनसब जी मोहर ला रहे हैं जी।
ਭਾਈ ਫਜ਼ਾਲ ਹੋਰਾਂ ਦਾ ਜੀ ਯਾਰਵਾਂ ਤੇ ਆਖਰੀ ਕਬੂਤਰ ਨੂੰ ਮੋਹਰ ਲੱਗ ਰਹੀ ਹੈ ਜੀ। ਮੋਹਰ ਲੱਗ ਗਿਆ ਜੀ, ਠੀਕ ਹੋ ਗਿਆ। ਇੱਕ ਮਿੰਟ ਜੀ, ਇੱਥੋਂ ਕਬੂਤਰ ਕੱਢੇ ਨੇ ਜੀ, ਇੱਥੇ ਮੋਹਰਾਂ ਕਬੂਤਰ ਡੱਕੇ ਹੁੰਦੇ ਨੇ, ਇੱਥੋਂ ਲਿਆ ਕੇ ਇੱਥੇ ਮੋਹਰਾਂ ਲਾ ਕੇ ਜੀ ਐਗਾਰ ਦੇ ਵਿੱਚ ਛੱਡੀਦੇ ਨੇ ਜੀ। ਐਗਾਰ ਅੱਗੂ ਜੀ ਬਾਹਰ ਜਾਲ ਦੇ ਵਿੱਚ ਕਬੂਤਰ ਟੁਰ ਜਾਂਦੇ ਨੇ ਜੀ। ਚਲੋ ਆਪ ਜੀ ਉੱਤੇ ਚੱਲਣੇ ਆ, ਤੁਹਾਨੂੰ ਖਾਂਦੇ ਹਾਂ ਜੀ। ਚੱਲ ਕੇ ਕਬੂਤਰ ਉੱਡਦੇ ਜੀ। ਆ ਜੀ ਭਾਈ ਫਜ਼ਾਲ ਹੋਰਾਂ ਦੀ ਦੁਕਾਨ ਹੈ ਜੀ, ਉੱਥੇ ਚੱਲੇ ਹਾਂ ਜੀ। ਚੱਲ ਕੇ ਤੁਹਾਨੂੰ ਕਬੂਤਰ ਉੱਡਦੇ ਵਖਾਉਂਦੇ ਹਾਂ ਜੀ। ਇਹ ਜਾਲੀ ਹੈ ਜੀ, ਬਵੰਜਾ ਮਿੰਟ ਹੋ ਗਏ ਨੇ ਜੀ ਭਾਅ ਜੀ। ਅਜੇ ਟਾਈਮ ਬੜਾ ਜੀ ਇਹਦੇ। ਆਹ ਵੇਖ ਲਓ ਜੀ, ਆਹ ਕਿੱਥੋਂ ਉੱਡਦੇ ਨੇ ਕਬੂਤਰ। ਇਹ ਛੱਤ ਜੀ, ਇਹ ਆਲੇ ਦੁਆਲੇ ਵੇਖ ਲਓ, ਛੱਤ ਦੇ ਆਲੇ ਦੁਆਲੇ ਕਿਸ ਤਰ੍ਹਾਂ ਬੈਠਣਾ। ਇਹ ਬੋਰਡ ਲੱਗੇ ਆ ਵੀ, ਇਹ ਰਾਮਤਲੇ ਚੌਂਕ ਹੈ ਜੀ। ਰਾਮਤਲੇ ਚੌਂਕ ਦੇ ਵਿੱਚ ਇਹ ਦੁਕਾਨ ਹੈ ਜੀ, ਸਾਹਮਣੇ ਕੰਧ ਪਿਛਾ ਮੈਰਿਜ ਹਾਲ ਹੈ ਜੀ। ਇਹ ਸਾਡਾ ਰਾਮਤਲੇ ਚੌਂਕ ਹੈ ਜੀ ਸਾਹਮਣੇ। ਆਹ ਵੇਖੋ ਕਿੱਡਾ ਵੱਡਾ ਬੋਰਡ ਲੱਗਿਆ ਜੀ, ਨਾਲ ਛੱਤ ਹੈ ਨੀ ਜੀ। ਇਹ ਜੀ ਪਿੱਛੇ ਜਨਰਲ ਬੱਸ ਸਟੈਂਡ ਹੈ ਸਾਡਾ ਗੁਜਰਾਤ ਦਾ ਜੀ, ਗੁਜਰਾਤ ਸ਼ਹਿਰ ਜਨਰਲ ਬੱਸ ਸਟੈਂਡ। ਪਿਜਨ ਸਪੋਰਟਸ ਮੈਗਜ਼ੀਨ ਦਾ ਕੈਮਰਾਮੈਨ ਹੀਰਾ ਭੱਟ ਜੀ, ਗੁਜਰਾਤ ਰਾਮਤਲੇ ਚੌਂਕ ਤੋਂ ਬਰਾਹ ਰਾਸਤ ਤੁਹਾਡੀ ਖਿਦਮਤ 'ਚ ਹਾਜ਼ਰ ਹੈ ਜੀ। ਵਾਲੇਕੁਮ ਸਲਾਮ, ਵਾਲੇਕੁਮ ਸਲਾਮ ਜੀ। ਭਾਈ ਜਾਨ ਤੁਹਾਨੂੰ ਵੀ ਸਲਾਮ ਵਾਲੇਕੁਮ ਜੀ, ਲਾਲਾ ਜੀ ਸਲਾਮ ਵਾਲੇਕੁਮ। ਵਾਲੇਕੁਮ ਸਲਾਮ ਜੀ, ਸਭ ਭਰਾਵਾਂ ਪਰਦੇਸੀ ਭਰਾਵਾਂ ਨੂੰ ਦੋਸਤਾਂ ਨੂੰ ਯਾਰ ਸਾਡੀ ਤਰਫੋਂ ਵੀ ਸਲਾਮ ਵਾਲੇਕੁਮ ਜੀ। ਗਰਮੀ ਬਹੁਤ ਸਖਤ ਹੈ ਜੀ, ਮੈਂ ਸੁਬਹਾ 5 ਦਾ ਟਾਈਮ ਹੈ ਤਾਂ ਮੈਨੂੰ ਪਸੀਨਾ ਫੁੱਲ ਆਏ ਜਾਵੇ, ਗਰਮੀ ਪੈ ਰਹੀ ਹੈ ਜੀ ਇੱਥੇ ਜੀ। ਵੇਖ ਲਓ ਜੀ ਕਿਸ ਤਰ੍ਹਾਂ ਜਾਲ ਵਿਛੜੇ ਨੇ ਜੀ, ਵਿਛੇ ਨੇ ਬੋਰਡਾਂ ਦੇ ਜੀ, ਜਾਲ ਹੀ ਜਾਲ ਹੈ ਨੇ ਹਰ ਪਾਸੇ ਬੋਰਡਾਂ ਦੇ। ਇਹ ਮਕਾਨ ਨੇ ਪਿੱਛੇ, ਇਹ ਨਵੀਂ ਬਣੀ ਹੈ ਜੀ, 4 ਮੰਜ਼ਿਲਾ ਬਣ ਗਈ ਹੈ, ਪਹਿਲਾਂ ਕੋਈ ਨਹੀਂ ਸੀ ਹੁੰਦੀ ਹੈ ਵੀ। ਇੱਧਰੋਂ ਕਬੂਤਰ ਲੈਂਡ ਕਰ ਜੇ, ਇੱਧਰੋਂ ਕਰ ਜੇ, ਵੇਖੋ ਐਸਾ ਹੀ ਕੋਈ ਤਰੀ ਇੱਧਰੋਂ ਲੈਂਡ ਕਰਨ ਦਾ ਕਬੂਤਰ ਦਾ। ਲੇਕਿਨ ਆਹ ਗੱਲ ਅਲਹਮਦੁਲਿਲਾ ਬਹਿੰਦੇ ਇਸ ਜਾਲੀ ਦੇ ਉੱਤੇ ਨੇ ਆ ਕੇ, ਇਸ ਜਾਲੀ ਦੇ, ਚਾਹੇ ਇੱਧਰੋਂ ਆਉਣ ਚਾਹੇ ਇੱਧਰੋਂ ਆਉਣ ਅਤੇ ਚਾਹੇ ਇੱਧਰੋਂ ਆਉਣ, ਆ ਕੇ ਬਹਿਣਾ ਉਹਨਾਂ ਇਸ ਜਾਲੀ 'ਤੇ ਹੀ ਹੈ, ਚਾਹੇ ਇੱਧਰੋਂ ਬੋਰਡ ਵਾਲੀ ਸਾਈਡ ਤੋਂ ਆਉਣ। ਭਾਈ ਫਜ਼ਾਲ ਸਾਹਿਬ ਜੀ, ਇਹਨਾਂ ਦੀ ਹੱਟੀ ਹੈ ਜੀ ਕਬੂਤਰਾਂ ਦੀ ਜੀ ਜੀ। ਇਹ ਜੀ ਭਾਈ ਫਜ਼ਾਲ ਸਾਹਿਬ ਨੇ ਜੀ, ਜਿਨ੍ਹਾਂ ਦੀ ਹੱਤੀ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ ਜੀ। ਭਾਈ ਫਜ਼ਾਲ ਜੀ, ਕਿੰਨੇ ਟੂਰਨਾਮੈਂਟ 'ਚ ਉੱਡ ਰਹੀ ਤੁਹਾਡੀ ਛੱਤ ਜੀ? 13 ਟੂਰਨਾਮੈਂਟ। 13 ਟੂਰਨਾਮੈਂਟ 'ਚ, ਅਤੇ ਜਿਹੜੇ ਟੂਰਨਾਮੈਂਟ ਹੋ ਚੁੱਕੇ ਨੇ, ਖਤਮ ਹੋ ਗਏ ਨੇ, ਉਹਨਾਂ ਦੇ ਕੀ ਪੋਜੀਸ਼ਨ ਹੈ ਤੁਹਾਡੀ? ਹਾਲੇ ਤੱਕ 2 ਖਤਮ ਹੋਏ ਜੀ, ਇੱਕ ਗੁਜਰਾਂਵਾਲੇ ਵਾਲਾ ਅਤੇ ਇੱਕ ਲਾਹੌਰ ਵਾਲਾ ਜੀ। ਇਹ ਗੁਜਰਾਂਵਾਲੇ 'ਚ ਮੈਂ 7ਵੀਂ ਪੋਜੀਸ਼ਨ ਹਾਸਲ ਕੀਤੀ ਹੈ ਜੀ, ਲਾਹੌਰ 10ਵੀਂ। ਲਾਹੌਰ ਵਾਲੇ 10ਵੀਂ ਜੀ। ਅਤੇ ਇਹ ਜਿਹੜਾ ਕਬੂਤਰ ਜਿਹੇ ਉੱਡਦੇ ਨੇ, ਲਗੜ ਛਗੜ ਮਾਰਦਾ, ਬੈਰੀ ਮਾਰ ਜਾਂਦੀ ਹੈ ਜਾਂ ਲੈ ਜਾਂਦੀ ਹੈ, ਜ਼ਖਮੀ ਹੋ ਕੇ ਘਰ ਆ ਜਾਂਦਾ, ਉਹਦਾ ਕੀ ਹਿਸਾਬ ਕਿਤਾਬ ਹੈ ਕਬੂਤਰ ਦਾ ਜੀ? ਕਬੂਤਰ ਜਿਹੜਾ ਜ਼ਖਮੀ ਹੋ ਕੇ ਘਰ ਆ ਜਾਂਦਾ ਨਾ, ਉਸ ਜਗ੍ਹਾ 'ਤੇ ਨਵਾਂ ਕਬੂਤਰ ਪੈ ਜਾਂਦਾ। ਇੱਕ ਦਿਨ ਛੱਡ ਕੇ ਕਿ ਉਹ ਦਿਨ ਨਹੀਂ ਛੱਡੀਦਾ, ਉਹ ਅਗਲੇ ਦਿਨ ਤੁਸੀਂ ਡਾ ਸਕਦੇ, ਡਾ ਸਕਦੇ, ਹੁਣ ਸਭ ਤਸਦੀਕ ਆ ਸਾਡੇ ਕਿ ਇਹਨੂੰ ਲਗੜ ਪੈ ਗਿਆ ਜੀ। ਅਤੇ ਜੇਕਰ ਆਵੇ ਹੀ ਨਾ, ਆਵੇ ਹੀ ਨਾ, ਤਾਂ ਫਿਰ ਤਾਂ ਤੁਸੀਂ ਨਵਾਂ ਪਹੁੰਚ ਹੀ ਪੈ ਜਾ, ਪਹੁੰਚ ਹੀ ਪੈ ਸਕਦਾ ਜੀ। ਠੀਕ ਹੋ ਗਿਆ ਜੀ।
बहुत मेहरबानी भाई फजाल जी। भाई फजाल जी 13 टूरनामेंट जे पंजाब दे 13 टूरनामेंट च उड़ रहे ने जी, दो टूरनामेंट फाइनल हो गए दसिया ने, एक च दसवीं पोजिशन ते एक च सतवीं पोजिशन है माशाला जी। गुजराले वाला जरा सतवीं पोजिशन है जी, जरा लाहौर वाला दसवीं पोजिशन है। कामरान बस नकवी साहब जी उडान बने पहचान जी, उन्होंने टूरनामेंट के जनाब दसवीं पोजिशन है जी। मेरा नाम इमरान मोहम्मद महमूद कैनेडा से, मेरा सलाम कहना सबको। वालेकुम सलाम जी इमरान साहब, तुहानू भी सलाम वालेकुम जी। इमरान साहब जी ने कनाडा तो सानू देख रहे ने जी। अस्सलाम वालेकुम लाला जी, क्या हाल है जी? माशाल्लाह जी बहुत अच्छा शो करवा रहे हैं, अल्लाह आपको खुश रखे जी। अल्लाह पाक तुहानू भी खुश रखे जी माशाल्लाह जी। थोड़े वास्ते ये सब भरावों वास्ते शोक हो रहा जी, सब परदेसी भरा जिन्ने ने जी, सब परदेसी भरावों वास्ते शोक करा। साडा चैनल है जी पिजन स्पोर्ट्स मैगजीन, इन्हू ज़्यादा ज़्यादा शेयर करो, लाइक करो जी। आज थले लाले हो बैठे ने सामने जी, आज गड्डी साडी जिहदे ते असीं सफर करने आ जी। आज वेखो लो टाइम आ रहा जी, लो टाइम अटांडा कड़ियां वाले तो आ रहा जी टाइम, बरनाला वान शरीफ इधर आ रहा जी टाइम है जी, लाहौर टाइम है जी। ਨਾਲ ਪਿੱਛੇ ਜਨਰਲ ਬੱਸ ਸਟੈਂਡ ਹੈ ਜੀ ਪਿੱਛੇ ਸਾਡੇ ਜੀ, ਇਹ ਬੋਰਡ ਵੇਖੋ ਜੀ ਕਿਹੜੇ ਕਿਹੜੇ ਉੱਚੇ ਬੋਰਡ ਨੇ ਜੀ। ਲੇਕਿਨ ਕਬੂਤਰਾਂ ਦੀ ਫਿਰ ਵੀ ਵੇਖ ਲਓ ਹਿੰਮਤ, ਕਬੂਤਰ ਆ ਕੇ ਮਾਸ਼ਾਅੱਲਾ ਬਹਿੰਦੇ ਜਾਲੀ 'ਤੇ ਨਹੀਂ ਆ ਕੇ ਇੱਥੇ ਜੀ, ਨਾ ਕਦੀ ਇਸ ਛੱਤ 'ਤੇ ਬੈਠੇ ਨੇ, ਨਾ ਕਦੀ ਇਸ ਬੋਰਡ 'ਤੇ ਬੈਠੇ, ਨਾ ਕਦੀ ਇੱਧਰ, ਨਾ ਕਿਸੇ ਕਦੀ ਇਸ ਬੋਰਡ 'ਤੇ ਬੈਠੇ, ਨਾ ਪਿਛਲੀਆਂ ਬਿਲਡਿੰਗਾਂ 'ਤੇ ਆ ਕੇ ਬਹਿਣਾ ਮਾਸ਼ਾਅੱਲਾ ਨਾ ਕਬੂਤਰਾਂ ਇਸ ਜਾਲ ਦੇ ਉੱਤੇ ਹੀ ਹੈ। ਇੱਕ ਰੂਟੀਨ ਬਣ ਜਾਂਦੀ ਨਾ ਕਬੂਤਰ ਦੀ ਪਰਿੰਦੇ ਦੀ, ਇੱਕ ਵੇਖਦੇ ਨੇ ਫਿਰ ਟਾਈਮ ਲਾਲਾ ਜੀ। ਮਾਸ਼ਾਅੱਲਾ ਜੀ ਭਾਈ ਫਜ਼ਾਲ ਸਾਹਿਬ ਹੋਰਾਂ ਦੇ ਕਬੂਤਰ ਬਹੁਤ ਜ਼ਬਰਦਸਤ ਕਬੂਤਰ ਨੇ ਜੀ, ਤੁਹਾਨੂੰ ਦਿਖਾਇਆ ਵੇ ਉਸ ਅੰਦਰੋਂ ਖੋਡੇ ਦੇ ਵਿੱਚੋਂ ਉਹ ਸਰਾਹ ਹੈ ਜੀ, ਉਸ ਐਸ ਜਾਲੀ ਨਜ਼ਰ ਆਉਂਦੀ ਜੀ ਅੰਦਰ ਰੋਸ਼ਨੀ ਵਾਲੀ, ਉੱਥੋਂ ਛੱਡੀ ਦੇ ਨੇ ਐਗੋ ਇਸ ਖੁੱਡੇ 'ਚ ਆਉਂਦੇ, ਉਸ ਖੁੱਡੇ 'ਚੋਂ ਇਸ ਖੁੱਡੇ 'ਚ ਆਉਂਦੇ ਨੇ, ਇੱਧਰੋਂ ਅੱਗੋਂ ਫਿਰ ਇਸ ਖੁੱਡੇ 'ਚ ਤੁਰ ਜਾਂਦੇ ਨੇ, ਇੱਥੋਂ ਫਿਰ ਉਡਾਏ ਜਾਂਦੇ ਨੇ ਜੀ ਕਬੂਤਰ। ਮਾਸ਼ਾਅੱਲਾ ਸਰ ਵੀਡੀਓ ਬਣਾਉਣੀ ਹੈ, ਵੀਡੀਓ ਹੁਣ ਬਣਦੀ ਹੈ ਤੁਹਾਡੀ ਨਹੀਂ, ਤੁਸੀਂ ਆਪਣੇ ਗਰੁੱਪ 'ਚ ਸੱਚਣੀ, ਟਾਈਮ ਕੌਣ ਨਹੀਂ ਹੈ, ਬਣਾ ਲਓ ਫੋਟੋ ਸਰ। ਪਿਜਨ ਸਪੋਰਟਸ ਮੈਗਜ਼ੀਨ ਦਾ ਕੈਮਰਾਮੈਨ ਹੀਰਾ ਬੜ ਜੀ, ਗਈ ਰਾਤ ਰਾਮਤਲੇ ਚੌਂਕ ਉਸਤਾਦ ਫਜ਼ਾਲ ਸਾਹਿਬ ਹੋਰਾਂ ਦੀ ਛੱਤ ਬਰਾਹ ਰਾਸ ਤੁਹਾਡੀ ਖਿਦਮਤ 'ਚ ਹਾਜ਼ਰ ਹੈ ਜੀ। ਕਬੂਤਰਾਂ ਦਾ ਸ਼ੋਕ ਕਰਵਾ ਦਈਏ ਜੀ, ਕਬੂਤਰਾਂ ਦਾ ਅੱਗੇ ਤੁਹਾਨੂੰ ਸ਼ੋਕ ਕਰਵਾਇਆ ਜੀ। ਹੈ ਜੀ ਮਾਸ਼ਾਅੱਲਾ ਜੀ ਭਾਈ ਫਜ਼ਾਲ ਦੇ ਕਬੂਤਰ ਨੇ ਜੀ, ਭਾਈ ਹੋਰਾਂ ਕਿਸੇ ਨੇ ਆਖਿਆ ਜੀ ਸਾਨੂੰ ਸ਼ੋਕ ਕਰਵਾ ਦਿਓ ਕਬੂਤਰਾਂ ਦਾ ਜੀ। ਹੋ ਗਿਆ ਟਾਈਮ, ਹੈਲੋ ਜੀ ਭਾਅ ਜੀ ਆ ਕਬੂਤਰਾਂ ਦਾ ਤੁਹਾਨੂੰ ਸ਼ੋਕ ਕਰਾ ਦਿੱਤਾ ਜੀ, ਟਾਈਮ ਹੋ ਗਿਆ ਜੀ ਭਾਅ ਜੀ ਕਬੂਤਰਾਂ ਦਾ ਜੀ, ਚਲੋ ਉੱਡਣੇ ਦਾ ਪੁਛਾ ਪੁਛਾ ਜੀ ਇੱਦਾਂ। ਮਾਸ਼ਾਅੱਲਾ ਜੀ ਅੱਲਾਹ ਪਾਕ ਖੈਰ ਕਰੇ ਜੀ। ਹਾਂ ਜੀ ਬਾਹਰ ਨਿਕਲਿਆ ਨੇ ਜੀ, ਲਓ ਜੀ ਕਬੂਤਰ ਨੇ ਉਡਾਨ ਭਰ ਲਈ ਹੈ ਜੀ। ਮਾਸ਼ਾਅੱਲਾ ਜੀ ਕਬੂਤਰਾਂ ਨੇ ਉਡਾਨ ਭਰ ਲਈ ਹੈ ਜੀ, ਆਪਣੀ ਰੂਟੀਨ ਦੇ ਮੁਤਾਬਕ ਉੱਡ ਗਏ ਨੇ ਜੀ ਕਬੂਤਰ ਜੀ। ਦੇਖ ਲਓ ਜੀ ਭਾਈ ਫਜ਼ਾਲ ਇਕੱਲਾ ਹੀ ਵਿਚਾਰਾ ਜੀ, ਇਕੱਲਾ ਹੀ ਸਾਂਭਦਾ, ਇਕੱਲਾ ਹੀ ਆ ਕੇ ਉਡਾਉਂਦਾ ਜੀ। ਕਬੂਤਰ ਮੈਂ ਪਰਵਾਜ਼ ਹੋ ਗਏ ਨੇ ਜੀ ਮਾਸ਼ਾਅੱਲਾ ਜੀ,
ਬੋਰਡ ਤੇ ਇੱਲਾਂ ਤੇ ਕਾਂ ਬਹੁਤ ਲਗੜ ਛਗੜ ਤੇ ਆਉਂਦਾ ਜੀ। कबूतर चढ़ गए ने जी अपने मंजिल की तरफ, रवा दवा कबूतर ने जी।